अस्सलाम वालेकुम गाइस, वेलकम टू द रिएक्शन। मैं को रिएक्शन डला के आगे जाम जड़ी आदी रिएक्शन में नाम में होल्ड ऑन गाना आया जसी गिल दा। जसी गिल दे एल्बम में आर राउंडर दा गाना है ते यो रैव हंजरा एंड स्नैपी डिडंट सॉ दैट कमिंग मैन। ते बस 80,000 व्यूज आया कुछ को, आई थिंक सो या 2-4 दिन हो गया गाने नु आए हैं। सिंगर जसी गिल ते लिरिक्स एंड कंपोजर रैव हंजरा ते म्यूजिक बाय स्नैपी ते रोज राजन जी दी वीडियो वेदी। सो चलने आ वेखने आ, आई एम रियली एक्साइटेड फॉर दिस सॉन्ग मैन। ते यार वेखने कैसा गाना है यार, के आडियो ही गाना तुहानू पता है ते एल्बम आई आर राउंड रो दा गाना है। आई डोंट नो किनवा गाना है, पर आपां क्लोज या यू नो एल्बम खत्म करन ते तुसीं कह लो काफ़ी गाने ते मैं आपे सुन लिया इन्हां दे एल्बम। आई थिंक सो 12-14 गाने इन्हां दी एल्बम से जिन्ने भी आ सुनने आ। फिलहाल ऐस चलने आ रैव हंजरा जस्सी गिल स्नैपी होल्ड ऑन इन 3-2-1 स्टार्ट। Snappy. Hey. पक्का तेरे मेरे विच ये कनेक्शन कोई ही जेड़ी दिल वाली गल में तो जावे नाल कोई ही। पक्का तेरे मेरे विच ये कनेक्शन कोई ही जेड़ी दिल वाली गल में तो जावे नाल कोई ही। मुंडा तक ले तू सोना ते सुनखा मर दिया लखा तू गेरा पीछे सोनी एक हुई चली है। Hold on किथे चली है सेलियां दे ना तंग करू कोई वांग बॉडी गार्ड बनू तेन राइड दी लोड तेरा ऊपर मैं बनू तेन तंग करू कोई वांग बॉडी गार्ड बनू। मुंडा तक ले तू सोना ते सुनखा You like that in the background. कोई नी तेनू रोकदा बिना पीते करी जांदी सानू टली That's it, man. आया गाना होल्ड ऑन बाय जस्सी गिल रैव हंजरा एंड स्नैपी। अच्छा एक गल मैं बड़ी नोटिस की है, तुसी सही दस सकते हो यार मतलब ना कि स्नैपी का म्यूजिक तो पिछले जो PRP ने म्यूजिक या जिन्ना भी पिछले इन्हों काम किया है इन्हों तो इलावा स्नैपी तो इलावा तुसी दस सकते हो इन्हों की म्यूजिक क्वालिटी तो PRP या दूजे आर्टिस्ट आ प्रोड्यूसर आ कह लो उन्होंने म्यूजिक की क्वालिटी सही बड़ा काफ़ी डिफरेंस आ। तो सही दस सकते हो इन क्वालिटी अच्छी हो, आई मैं नहीं कह सकता यार मतलब
ਹੁਣ ਭੈੜੇ ਮਿਊਜ਼ਿਕ ਕੀਤਾ ਜੋ ਬੜਾ ਅੱਛਾ ਮਿਊਜ਼ਿਕ ਕੀਤਾ ਜਿਹੜਾ ਵੀ ਉਹਨਾਂ ਕੀਤਾ ਹੈ ਪੀ ਆਰ ਪੀ ਨੇ ਜਿਹੜੇ ਦੂਜੇ ਪ੍ਰੋਡਿਊਸਰ ਆ ਪਰ ਤੁਸੀਂ ਸਹੀ ਦੱਸ ਸਕਦੇ ਡਿਫਰੈਂਟ ਦੱਸ ਸਕਦੇ ਹੋ ਕਿ ਇਹਦੀ ਅੱਛੀ ਕੁਆਲਿਟੀ ਹੈ ਉਹਨਾਂ ਨਾਲੋਂ ਅਤੇ ਮਤਲਬ ਨਾ ਮਤਲਬ ਮਜ਼ਾ ਆਉਂਦਾ ਹੈ ਔਰ ਸਹੀ ਫੁੱਲ ਮਤਲਬ ਚਿਲ ਵਾਈਬ ਗਾਣੇ ਦੇ ਵਿੱਚ ਬੜਾ ਅੱਛਾ ਗਾਣਾ ਕਮਾਲ ਲਿਰਿਕਸ ਬਾਏ ਰੈਮ ਹੰਜਰਾ ਬੜਾ ਬੰਬ ਬੜੇ ਕੁਆਲਿਟੀ ਦਾ ਮਿਊਜ਼ਿਕ ਹੈ ਬਾਏ ਸਨੈਪੀ ਠੀਕ ਹੈ ਤੁਸੀਂ ਜਿਹੜਾ ਬੈਕਗਰਾਊਂਡ ਵਿੱਚ ਜਿਹੜਾ ਚੱਲ ਰਿਹਾ ਲਿਰਿਕਸ ਅਨੁਸਾਰ ਸਭ ਪਿੱਛੇ ਵੀ ਬੈਕਗਰਾਊਂਡ ਵਿੱਚ ਸਿੰਗਿੰਗ ਚੱਲ ਰਹੀ ਆ ਸਹੀ ਤੁਹਾਨੂੰ ਪਤਾ ਲੱਗਦਾ ਮਿਊਜ਼ਿਕ ਥੋੜ੍ਹਾ ਕੁਆਲਿਟੀ ਦਾ ਮਿਊਜ਼ਿਕ ਕੀਤਾ ਗਿਆ ਸਮਝ ਰਹੇ ਹੋ ਅਤੇ ਯਾ ਅੱਛੀ ਅੱਛੀ ਆਵਾਜ਼ ਮੈਨ ਜੈਸੇ ਕਿ ਅੱਛੇ ਲਿਰਿਕਸ ਅੱਛੀ ਫੀਚਰਿੰਗ ਕੀਤੀ ਗਈ ਹੈ ਮੈਂ ਮੈਨੂੰ ਮੈਂ ਐਪੋ ਮੈਂ ਕਿਹਾ ਕੀਤਾ ਪੋਸਟਰ 'ਤੇ ਵੇਖਿਆ ਨਾਲ ਮੈਂ ਟਰੈਕ ਲਿਸਟ 'ਤੇ ਵੇਖਿਆ ਹੀ ਗਾਣੇ ਦੀ ਕਿੰਨਾ ਨਾਲ ਕੀਤਾ ਪਰ ਮੈਨੂੰ ਯਾਦ ਨਹੀਂ ਆਇਆ ਕਿ ਇਹਨਾਂ ਸਨੈਪ ਜਾਂ ਰਹਿ ਹੋ ਜਾਣ ਨਾਲ ਵੀ ਕੰਮ ਕੀਤਾ ਮੈਂ ਵੀ ਕਹਿ ਰਿਹਾ ਯਾਰ ਇਹ ਮਤਲਬ ਪ੍ਰੀਤ ਰਮਾਨਾ ਪ੍ਰੀਤ ਰਮਾਨਾ ਹੀ ਸ਼ੁਰੂ ਹੋਈ ਪਈ ਹੈ ਕੋਈ ਹੋਰ ਕੋਈ ਜੇ ਥੋੜ੍ਹੇ ਥੋੜ੍ਹੇ ਜਿਹੇ ਫੇਮਸ ਆ ਜਿਹਨਾਂ ਥੋੜ੍ਹਾ ਨਾ ਹੈ ਉਹਨਾਂ ਨਾਲ ਵੀ ਕੋਈ ਕੰਮ ਕੀਤਾ ਸੋ ਯਾ ਹੇਅਰ ਇਟ ਇਜ਼ ਅੱਛਾ ਗਾਣਾ ਕਮਾਲ ਦਾ ਗਾਣਾ ਕਮਾਲ ਦੇ ਲਿਰਿਕਸ ਆਏ ਮੈਂ ਰੈਵ ਹੰਜਰਾ ਕਿੰਨੀ ਗਿੱਟ ਵਿਦ ਦਾ ਲਿਰਿਕਸ ਮੈਨੂੰ ਰੈਵ ਹੰਜਰਾ ਦੇ ਲਿਰਿਕਸ ਵਿੱਚੋਂ ਵਾਈਬ ਆ ਰਹੀ ਜਿਹੜੀ ਦਿਲਜੀਤ ਦੋਸਾਂਝ ਨਾਲ ਜਿਹਨੂੰ ਕੰਮ ਕੀਤਾ ਨਾ ਉਹਨਾਂ ਦੀ ਐਲਬਮ ਦੇ ਨਾਲ ਰੈਵ ਹੰਜਰ ਅਤੇ ਸਨੈਪੀ ਨੇ ਪਿੱਛੇ ਕਰਕੇ ਉਸ ਗਾਣੇ ਦੀ ਮੈਨੂੰ ਵਾਈਬ ਆ ਰਹੀ ਉਸ ਐਲਬਮ ਦੀ ਵਾਈਬ ਆ ਰਹੀ ਸੋ ਯਾ ਲਿਰਿਕਸ ਦੇ ਵਿੱਚੋਂ ਤੁਸੀਂ ਕਹਿ ਲਓ ਯੂਨੋ ਅਤੇ ਅੱਛੇ ਲਿਰਿਕਸ ਆਏ ਅੱਛੇ ਯੂਨੋ ਕੁੜੀ ਨਾਲ ਗੱਲਾਂ ਗੱਲਬਾਤ ਕਰ ਰਹੇ ਲਿਰਿਕਸ ਦੇ ਵਿੱਚ ਸੋ ਅੱਛੇ ਗਾਣੇ ਕਮਾਲ ਦੇ ਲਿਰਿਕਸ ਕਮਾਲ ਦਾ ਗਾਣਾ ਕਮਾਲ ਦੀ ਅੱਛੀ ਵੀਡੀਓ ਬਾਏ ਰਾਜਨ ਜੀ ਸੋ ਜਸੀ ਗਿੱਲ ਕਿਲਿੰਗ ਇਟ ਮੈਨ ਕਮਾਲ ਦਾ ਗਾਣਾ ਓਵਰਆਲ ਅੱਛੀ ਐਲਬਮ ਕਰ ਰਿਹਾ ਸੋ ਅੱਛਾ ਗਾਣਾ ਮੈਨੂੰ ਲੱਗਿਆ ਬਸ 80,000 ਵਿਊਜ਼ ਆਏ ਆਈ ਡੋਂਟ ਨੋ ਕੁਛ ਕੁ ਦਿਨ ਹੋਇਆ ਪਰ ਆ ਜਾਣ ਦੇ ਵਿਊਜ਼ ਸੋ ਆਈ ਡੋਂਟ ਨੋ ਅਗਲੇ ਗਾਣੇ ਕਿਹੜੇ ਗਾਣੇ ਦੀ ਵੀਡੀਓ ਆਊਗੀ ਅਤੇ ਵੇਖਦਾ ਕਿਹੜੇ ਗਾਣੇ ਦੀ ਆਫਿਸ਼ੀਅਲ ਵੀਡੀਓ ਆਉਂਦੀ ਆ ਵੇਖਣ ਨੂੰ ਮਿਲੂਗੀ ਪਰ ਫਿਲਹਾਲ ਆਪਾਂ ਆਡੀਓ ਹੀ ਸੁਣੇ ਜਾ ਰਹੇ ਹਾਂ ਤੁਹਾਡੇ ਨਾਲ ਬਹਿ ਗਏ ਤੁਹਾਨੂੰ ਕਾਹੜਾ ਪਸੰਦ ਆਇਆ ਵੀਡੀਓ ਪਸੰਦ ਆਈ ਜ਼ਰੂਰ ਲਾਈਕ ਕਰੀਓ ਸਬਸਕ੍ਰਾਈਬ ਕਰਕੇ ਜਾਇਓ ਕਮੈਂਟ ਵੀ ਤੁਹਾਡੀ ਕੋਈ ਰਿਕਮੈਂਡੇਸ਼ਨ ਹੋਈ ਗੱਲਬਾਤ ਹੋਈ ਜ਼ਰੂਰ ਦੱਸਿਓ ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਕਰ ਸਕਦੇ ਹੋ ਸਾਰੇ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਸਾਈਟ 'ਤੇ ਵੀ ਜਾ ਰਹੇ ਹੋਣੇ ਮੈਂ ਤੁਹਾਨੂੰ ਖਾਂਗੀ ਵੀਡੀਓ ਦੇ ਵਿੱਚ ਅੰਟਿਲ ਦੈਨ ਅਸਲਾਮ ਅਲੈਕੁਮ।